ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਅਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਕੀ ਜੀ ਇਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਤਨੁਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੇ ਮਸ ਹੋਤਾ 209-277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵੇ ਦੇ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੌਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-9698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਫਰਜ਼ੀ ਵੋਟਰਾਂ ਦਾ ਜਿਹੜਾ ਮਾਮਲਾ ਆ ਉਹ ਸੁਪਰੀਮ ਕੋਰਟ ਤੱਕ ਪਹੁੰਚਿਆ। ਦੇਖੋ, ਕਾਂਗਰਸ ਜਿਹੜੀ ਆ ਉਹ ਦੋ ਰਾਜਾਂ ਜਿਨ੍ਹਾਂ ਦੇ ਵਿੱਚ ਅਗਲੇ ਕੁਛ ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਹੋਣਾ, ਰਾਜਸਥਾਨ ਤੇ ਮੱਧ ਪ੍ਰਦੇਸ਼, ਉਹਨਾਂ ਦੋ ਰਾਜਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਰੌਲਾ ਪਾਉਂਦੀ ਆ ਕਿ ਇੱਥੇ ਬਹੁਤ ਵੱਡੇ ਪੱਧਰ ਤੇ ਫਰਜ਼ੀ ਵੋਟਰ ਜਿਹੜੇ ਆ ਉਹ ਰਜਿਸਟਰਡ ਕੀਤੇ ਗਏ ਹਨ। ਤਾਂ ਇਹਨਾਂ ਨੇ ਸਰਵੇ ਵੀ ਕਰਾਇਆ, ਕਿਉਂਕਿ ਕਮਲਨਾਥ ਇਹਨਾਂ ਨੇ ਉੱਥੇ ਇੰਚਾਰਜ ਬਣਾਇਆ ਮੱਧ ਪ੍ਰਦੇਸ਼ ਦੇ ਵਿੱਚ। ਉਹਨਾਂ ਨੇ ਦਾਅਵਾ ਕੀਤਾ ਕਿ ਮੈਂ ਆਪਣੇ ਪੱਧਰ ਤੇ ਆਪਣੇ ਖਰਚੇ ਤੇ ਕੁਛ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਸਰਵੇ ਕਰਾਇਆ, ਜਿਹਦੇ ਵਿੱਚੋਂ ਸਾਨੂੰ ਇਹ ਪੁਖਤਾ ਤੌਰ ਤੇ ਜਾਣਕਾਰੀ ਮਿਲੀ ਆ ਕਿ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ, ਹਾਲਾਂਕਿ ਇਹ ਤੇ ਗਿਣਤੀ ਵੀ ਦੱਸਦੇ ਆ ਕਿ ਲਗਭਗ 60 ਲੱਖ ਫਰਜ਼ੀ ਵੋਟਰ ਆ, 60 ਲੱਖ ਫਰਜ਼ੀ ਵੋਟਰ ਹੋਣ ਦਾ ਇਹ ਦਾਅਵਾ ਕਰਦੇ ਆ। ਪਤਾ ਨੀ ਹੁਣ ਕਿੰਨੇ ਆ, ਪਰ ਇਹਨਾਂ ਨੇ ਜਿਹੜਾ ਦਾਅਵਾ ਕੀਤਾ ਉਹ ਪਹਿਲਾਂ ਚੋਣ ਕਮਿਸ਼ਨ ਕੋਲ ਕੀਤਾ, ਸ਼ਿਕਾਇਤ ਕੀਤੀ, ਕਿਸੇ ਨੇ ਸੁਣਵਾਈ ਨਹੀਂ ਕੀਤੀ। ਵੈਸੇ ਪਿਛਲੇ ਕੁਛ ਮਹੀਨਿਆਂ ਤੋਂ ਲਗਾਤਾਰ ਨਿਰੰਤਰ ਇਸ ਮੁੱਦੇ ਨੂੰ ਚੁੱਕਦੇ ਪਏ ਸੀ, ਜਦੋਂ ਨਈ ਗੱਲ ਬਣੀ ਫਿਰ ਇਹ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ। ਦਿਲਚਸਪ ਗੱਲ ਇਹ ਆ ਕਿ ਇਕੱਲਾ ਮਸਲਾ ਇਹਨਾਂ ਨੇ ਉੱਥੇ ਮੱਧ ਪ੍ਰਦੇਸ਼ ਦਾ ਨਹੀਂ ਚੁੱਕਿਆ, ਨਾਲ ਰਾਜਸਥਾਨ ਦਾ ਵੀ ਲੈ ਗਏ ਆ, ਕਿਉਂਕਿ ਉੱਥੋਂ ਰਾਜਸਥਾਨ ਦਾ ਵੀ ਇਹਨਾਂ ਨੇ ਦਾਅਵਾ ਠੋਕਿਆ ਕਿ 40-42 ਲੱਖ ਫਰਜ਼ੀ ਵੋਟਰ ਰਾਜਸਥਾਨ ਦੇ ਵਿੱਚ ਵੀ ਆ। ਤਾਂ ਇਸ ਮਾਮਲੇ ਦੇ ਵਿੱਚ ਇੱਕ ਤਰਕ ਬੜਾ ਦਿਲਚਸਪ ਦਿੱਤਾ ਇਹਨਾਂ ਨੇ, ਕਾਂਗਰਸੀ ਨੇਤਾਵਾਂ ਨੇ। ਉਹ ਕਹਿੰਦੇ ਆ ਕਿ ਦੇਖੋ, ਜਿਹੜੀ ਇੱਥੋਂ ਦੀ ਆਬਾਦੀ ਹੈ, ਮੱਧ ਪ੍ਰਦੇਸ਼ ਦੀ ਆਬਾਦੀ ਹੈ, ਉਹ ਤੇ ਵਧੀ ਹੈ 10 ਸਾਲਾਂ ਚ 24%, ਤੇ ਵੋਟਰਾਂ ਦੀ ਤਾਦਾਦ ਜਿਹੜੀ ਆ ਉਹ 40% ਕਿੱਦਾਂ ਵਧੀ ਹੈ, ਸਾਨੂੰ ਦੱਸੋ ਸਾਲ ਕਿੱਦਾਂ ਵਧੀ। ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਹੈ ਜਿਹੜੀ ਉਹ ਮਨਜ਼ੂਰ ਕਰ ਲਈ ਆ, ਹੁਣ ਨੋਟਿਸ ਕਰ ਦਿੱਤਾ, ਚੋਣ ਕਮਿਸ਼ਨ ਜਿਹੜਾ ਉਹ ਆ ਕੇ ਉੱਥੇ ਆਪਣੇ ਪੱਧਰ ਤੇ ਜਵਾਬ ਦੇਊ, ਕੇਂਦਰ ਸਰਕਾਰ ਵੀ ਹੋ ਸਕਦਾ ਜਾ ਕੇ ਜਵਾਬ ਦਾਖਲ ਕਰੇ। ਤਾਂ ਇਹ ਮੁੱਦਾ ਜਿਹੜਾ ਉਹ ਕਾਫੀ ਪੱਕ ਗਿਆ। ਵੈਸੇ ਫਰਜ਼ੀ ਵੋਟਰਾਂ ਵਾਲਾ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਕਦੇ ਵੀ ਮੁੱਦਾ ਜਿਹੜਾ ਉਹ ਬਹਿੰਦਾ ਨਹੀਂ, ਸਦਾ ਉੱਠਿਆ ਹੀ ਰਹਿੰਦਾ। ਕਰਨਾਟਕ ਚੋਣਾਂ ਦੇ ਦੌਰਾਨ ਵੀ ਆਪਾਂ ਇੱਕ ਦਿਲਚਸਪ ਹਾਦਸਾ ਦੇਖਿਆ ਸੀਗਾ ਕਿ ਜਦੋਂ ਇੱਕ ਇਲੈਕਸ਼ਨ ਇਹਨਾਂ ਨੂੰ ਰੱਦ ਕਰਨਾ ਪਿਆ ਸੀ, ਪੋਸਟਪੋਨ ਕਰਨਾ ਪਿਆ ਸੀ, ਸਿਰਫ ਇਸ ਕਰਕੇ ਕਿਉਂਕਿ ਇੱਕ ਦਫ਼ਤਰ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ ਸੀਗੀ ਕਿ ਵੋਟਰ ਕਾਰਡ ਜਿਹੜੇ ਆ ਉਹ ਬਰਾਮਦ ਹੋਏ। ਤਾਂ ਦੱਸਿਆ ਜਾਂਦਾ ਸੀਗਾ ਕਿ ਵੋਟਰ ਕਾਰਡ ਜਿਹੜੇ ਹੈ ਤਾਂ ਅਸਲੀ ਹੈ, ਪਰ ਕਿਸ ਮੰਤਵ ਨਹੀਂ ਸੀ ਕੋਈ ਪਤਾ ਨਹੀਂ ਲੱਗਿਆ। ਫਿਰ ਇਸ ਤਰ੍ਹਾਂ ਦਾ ਵੀ ਮੌਕਾ ਆਇਆ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਬਾਈ ਇਲੈਕਸ਼ਨ ਸੀਗਾ, ਤਾਂ ਐਸੀਆਂ ਵੋਟਰ ਲਿਸਟਾਂ ਜਿਹੜੀਆਂ ਉਹ ਮੀਡੀਆ ਦੇ ਵਿੱਚ ਨਸ਼ਰ ਹੋਈਆਂ, ਜਿਨ੍ਹਾਂ ਦੇ ਵਿੱਚ ਇੱਕ ਹੀ ਤਸਵੀਰ ਸੀ ਤੇ ਕਈ ਕਈ ਇੱਕੋ ਤਸਵੀਰ ਇੱਕੋ ਨਾਂ ਵਾਲੀਆਂ ਵੋਟਾਂ ਜਿਹੜੀਆਂ ਵੋਟਰ ਸੂਚੀ ਚ ਦਰਜ ਸੀ। ਤਾਂ ਇਸ ਤਰ੍ਹਾਂ ਹੀ ਇੱਧਰ ਵੀ ਆ, ਮੱਧ ਪ੍ਰਦੇਸ਼ ਦੇ ਹੋਣ ਵਿੱਚ ਜਿਹੜਾ ਇਹ ਮੁੱਦਾ ਉੱਠਿਆ, ਇਹ ਕਈ ਸੂਚੀਆਂ ਇਹੋ ਜਿਹੀਆਂ ਜਿੱਦਾਂ ਕਈ ਨਾਂ ਆ ਜਿਹੜੇ ਉਹ 26-26 ਵੋਟਰ ਸੂਚੀਆਂ ਦੇ ਵਿੱਚ ਆ, ਮਤਲਬ ਕਿ ਇੱਕ ਬੰਦਾ ਜਿਹੜਾ ਉਹ 26-26 ਵੋਟਰ ਸੂਚੀਆਂ ਦੇ ਵਿੱਚ ਦਰਜ ਆ। ਕਾਂਗਰਸ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ, ਔਰ ਨਾਲ ਇਹ ਵੀ ਕਹਿੰਦੀ ਆ ਕਿ ਕਈ ਇਸ ਤਰ੍ਹਾਂ ਦੇ ਪੋਲਿੰਗ ਬੂਥ ਹੈ ਜਿਨ੍ਹਾਂ ਦੀਆਂ ਵੋਟਰ ਸੂਚੀਆਂ ਜੇ ਖੰਗਾਲੀਏ ਤਾਂ 2442 ਇੱਕ ਪਰਟੀਕੁਲਰ ਉਹ ਪੋਲਿੰਗ ਬੂਥ ਦਾ ਜ਼ਿਕਰ ਕਰਦੇ ਆ ਕਿ 2442 ਨਾਮ ਜਿਹੜੇ ਆ ਉਹ ਮਿਲਦੇ ਜੁਲਦੇ ਆ, ਮਤਲਬ ਕਿ ਇੱਕੋ ਜਿਹੇ ਨਾਂ ਆ ਤੇ ਉਹਨਾਂ ਦੇ ਗਾਂ ਜਿਹੜੇ ਮਾਤਾ ਪਿਤਾ ਉਹਨਾਂ ਦੇ ਨਾਂ ਵੀ ਰਲਦੇ, ਇਹ ਵੀ ਸ਼ੱਕ ਆ।
ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਤੱਥ ਇਕੱਤਰ ਕੀਤੇ। ਹੋਰ ਉਹਨਾਂ ਤੱਥਾਂ ਦੇ ਵਿੱਚ ਕਿੰਨਾ ਕੁ ਦਮ ਆ ਸੁਪਰੀਮ ਕੋਰਟ 'ਚ ਜਾ ਕੇ ਪਤਾ ਲੱਗੂਗਾ। ਵੈਸੇ ਸਾਡੇ ਪੰਜਾਬ ਦੇ ਵਿੱਚ ਵੀ ਇੱਕ ਵਾਰੀ ਇਹ ਮਸਲਾ ਜਿਹੜਾ ਉੱਠ ਚੁੱਕਿਆ, ਜਦੋਂ ਵੋਟਰ ਕਾਰਡ ਦੇ ਨਾਲ ਆਧਾਰ ਕਾਰਡ ਲਿੰਕ ਕਰਨ ਵਾਲੀ ਪ੍ਰਣਾਲੀ ਇਹਨਾਂ ਨੇ ਸ਼ੁਰੂ ਕੀਤੀ ਸੀਗੀ, ਹਾਲਾਂਕਿ ਬਾਅਦ ਦੇ ਵਿੱਚ ਰੋਕ ਦਿੱਤੀ ਹੈ, ਤੇ ਉਦੋਂ ਕੁਛ ਅਖਬਾਰਾਂ ਨੇ ਦਾਅਵਾ ਕੀਤਾ ਸੀਗਾ ਕਿ 1 ਕਰੋੜ ਦੇ ਕਰੀਬ ਵੋਟਰ ਵੈਰੀਫਾਈਡ ਕੀਤੇ ਗਏ ਸੀਗੇ ਜਾਂ ਲਿੰਕ ਕੀਤੇ ਗਏ ਸੀ ਆਧਾਰ ਕਾਰਡ ਦੇ ਨਾਲ, ਤਾਂ ਉਹਦੇ ਵਿੱਚ 6-7 ਲੱਖ ਵੋਟਰ ਜਿਹੜੇ ਆ ਉਹ ਸ਼ੱਕੀ ਪਾਏ ਗਏ। ਤਾਂ ਇਹਦਾ ਮਤਲਬ ਹੈ ਕਿ ਹਰੇਕ ਸਟੇਟ ਦੇ ਵਿੱਚ ਵੀ ਹਰੇਕ ਸਟੇਟ ਦੇ ਵਿੱਚ ਹੀ ਇਹੋ ਜਿਹਾ ਹਾਲ ਹੈਗਾ ਕਿ ਫਰਜ਼ੀ ਵੋਟਰ ਹੈ ਜਿਹੜੇ ਬੰਦੇ ਆ। ਫਰਜ਼ੀ ਵੋਟਰ ਬਣਾਉਂਦਾ ਕੌਣ ਆ? ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹਨਾਂ ਲੋਕਾਂ ਨੇ ਵੋਟ ਲੈਣੀ ਹੁੰਦੀ ਆ ਉਹੀ ਵੋਟਾਂ ਬਣਾਉਂਦੇ। ਵੈਸੇ ਫਰਜ਼ੀ ਬੜਾ ਤੁਹਾਨੂੰ ਪਤਾ ਇੱਥੇ ਪ੍ਰਧਾਨ ਹੀ ਆ। ਉਹ ਕਿਸੇ ਨੇ ਸਹੀ ਕਿਹਾ ਸੀਗਾ ਕਿ ਕਰਪਸ਼ਨ ਜਿਹੜੀ ਸਾਡੀ ਡੈਮੋਕ੍ਰੇਸੀ ਉਹਨੂੰ ਕਰਪਸ਼ਨ ਦੀ ਲੱਗਦੀ ਹੈ, ਤੇ ਵੋਟਰ ਤੋਂ ਲੈ ਕੇ ਸਾਹਿਬ ਤੱਕ ਦੀ ਡਿਗਰੀ ਫਰਜ਼ੀ ਹੈ, ਫਿਰ ਵੀ ਭਾਰਤ ਮਾਤਾ ਕੀ ਜੈ ਆਖਣੀ ਤੇ ਆਖੀ ਜੋ ਕਿਹਨੇ ਰੋਕਿਆ, ਤੁਹਾਡੀ ਮਰਜ਼ੀ ਹੈ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੇਰਲ ਨੂੰ UAE ਨੇ ਮਦਦ ਦੇਣ ਦੀ ਪੇਸ਼ਕਸ਼ ਦਿੱਤੀ ਸੀਗੀ ਪਰ ਭਾਰਤ ਨੇ ਮਨਾ ਕਰ ਦਿੱਤਾ। ਦੇਖੋ, ਇਹਨਾਂ ਨੇ ਮਨਾ ਕਰ ਦਿੱਤਾ ਔਰ ਇਹ ਕਹਿੰਦੇ ਆ ਕਿ ਅਸੀਂ ਇੱਕ ਪਾਲਿਸੀ ਜਿਹੜੀ ਹੈ 2004 ਦੇ ਵਿੱਚ ਹੀ ਅਖਤਿਆਰ ਕਰ ਲਈ ਸੀਗੀ, ਉਸ ਸਮੇਂ ਜਦੋਂ ਸੁਨਾਮੀ ਤੋਂ ਬਾਅਦ US ਨੇ ਪੇਸ਼ਕਸ਼ ਕੀਤੀ ਸੀਗੀ ਕਿ ਅਸੀਂ ਤੁਹਾਡੀ ਇਮਦਾਦ ਕਰਦੇ ਹਾਂ, ਤੇ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਇਮਦਾਦ ਨਹੀਂ ਲੈਣੀ। ਉਸ ਤੋਂ ਬਾਅਦ ਇਹਨਾਂ ਨੇ ਉਸ ਪਾਲਿਸੀ ਤੇ ਪਹਿਰਾ ਦੇਣ ਦਾ ਪੱਕਾ ਇਰਾਦਾ ਧਾਰ ਲਿਆ, ਕਿਉਂਕਿ ਕਹਿੰਦੇ ਆ ਕਿ ਜਦੋਂ ਅਸੀਂ ਸਮਰੱਥ ਹਾਂ ਅਸੀਂ ਬਾਹਰੋਂ ਕਿਸੇ ਵੀ ਵਿਵਸਥਾ ਦੇ ਵਿੱਚ ਹੈਲਪ ਨਹੀਂ ਲੈ। ਤੋ ਅੱਜ ਵਿਦੇਸ਼ ਮੰਤਰਾਲੇ ਦਾ ਜਿਹੜਾ ਪ੍ਰਵਕਤਾ ਤਰਜਮਾਨ ਹੈ ਰਵੀਸ਼ ਕੁਮਾਰ, ਉਹਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਆ। ਉਹ ਕਹਿੰਦਾ ਕਿ ਰਾਹਤ ਤੇ ਪੁਨਰ ਵਸੇਬੇ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਘਰੇਲੂ ਯਤਨਾਂ ਦੇ ਨਾਲ ਅਸੀਂ ਪੂਰੀਆਂ ਕਰਨ ਦੇ ਸਮਰੱਥ ਹਾਂ, ਤਾਂ ਅਸੀਂ ਬਾਹਰੋਂ ਇਮਦਾਦ ਨਹੀਂ ਦੇਵਾਂਗੇ, ਜਿਹੜੀ ਸਾਡੀ ਪਾਲਿਸੀ ਹੈ ਅਸੀਂ ਉਸ ਪਾਲਿਸੀ ਨੂੰ ਬਰਕਰਾਰ ਰੱਖਾਂਗੇ। ਤੇ ਵੈਸੇ ਕੱਲਾ UAE ਨੇ ਪੇਸ਼ਕਸ਼ ਨਹੀਂ ਕੀਤੀ ਇਮਦਾਦ ਦੀ, ਨਾਲ ਮੇਰੇ ਖਿਆਲ ਦੇ ਨਾਲ ਜੇ ਮੈਂ ਭੁੱਲਦਾ ਨੀ, ਕਤਰ ਨੇ ਵੀ ਆਖਿਆ ਸੀਗਾ ਕਿ ਅਸੀਂ 35 ਕਰੋੜ ਰੁਪਇਆ ਜਿਹੜਾ ਘੱਲਾਂਗੇ, ਮਾਲਦੀਵ ਨੇ ਵੀ ਆਖਿਆ ਸੀਗਾ ਕਿ 9 ਕਰੋੜ ਅਸੀਂ ਵੀ ਘੱਲਾਂਗੇ, ਪਤਾ ਨੀ ਥੋੜੇ ਸੀਗੇ, ਮੈਨੂੰ ਪੱਕਾ ਨੀ ਐਗਜੈਕਟ ਫਿਗਰ ਦਾ ਨੀ ਮੈਨੂੰ ਪਤਾ, ਪਰ ਪੇਸ਼ਕਸ਼ ਉਹਨਾਂ ਬਣੀ ਹੋਈ ਸੀਗੀ। ਸੋ ਕਈ ਦੇਸ਼ਾਂ ਨੇ ਇਸ ਤਰ੍ਹਾਂ ਦੀ ਪੇਸ਼ਕਸ਼ ਕੀਤੀ ਸੀ, ਪਰ ਜਦੋਂ ਇਹਨਾਂ ਨੇ ਚੀਜ਼ ਸਾਫ਼ ਹੀ ਕਰ ਦਿੱਤੀ ਕਿ ਅਸੀਂ ਇਹ ਇਮਦਾਦ ਲੈਣੀ ਨੀ, ਫਿਰ ਗੱਲ ਖਤਮ ਹੋ ਜਾਂਦੀ ਆ। ਦੂਜੀ ਚੀਜ਼ ਦੇ ਘੋਰ ਵੀ ਆ, ਦੇਖੋ ਰਵੀਸ਼ ਕੁਮਾਰ ਨੇ ਜਿਹੜੀ ਗੱਲ ਸਾਫ਼ ਕੀਤੀ ਆ ਉਹ ਦੂਸਰੀ ਬੜੀ ਕੰਮ ਦੀ ਆ। ਉਹ ਕਹਿੰਦਾ ਕਿ ਦੇਖੋ ਜੇ ਕੋਈ NGOs ਦੇ ਜ਼ਰੀਏ ਜਾਂ ਹੋਰ ਸਮਾਜ ਸੇਵੀ ਸੰਗਠਨ ਦੇ ਜ਼ਰੀਏ ਪ੍ਰਧਾਨ ਮੰਤਰੀ ਕੋਸ਼ ਦੇ ਵਿੱਚ ਜਾਂ ਮੁੱਖ ਮੰਤਰੀ ਦੇ ਕੋਸ਼ ਦੇ ਵਿੱਚ ਇਮਦਾਦ ਭੇਜਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਪ੍ਰਵਾਨ ਕਰਾਂਗੇ। ਮਤਲਬ ਕਿ ਦੂਜਾ ਉਹਨਾਂ ਨੇ ਹੱਥ ਹੈ ਜਿਹੜਾ ਉਹ ਖੁੱਲਾ ਵੀ ਰੱਖਿਆ, ਇੱਕ ਹੱਥ ਬੇਸ਼ੱਕ ਉਹਨਾਂ ਨੇ ਕੁੱਟਿਆ, ਦੂਸਰਾ ਖੁੱਲਾ ਰੱਖਿਆ ਕਿ ਜੇਕਰ ਕੋਈ NGOs ਵਗੈਰਾ ਦੇ ਮਾਰਫਤ ਪੈਸਾ ਘੱਲਦਾ ਪ੍ਰਧਾਨ ਮੰਤਰੀ ਦੇ ਖਜ਼ਾਨੇ 'ਚ ਜਾਂ ਮੁੱਖ ਮੰਤਰੀ ਦੇ ਰਾਹਤ ਖਜ਼ਾਨੇ ਦੇ ਵਿੱਚ ਤਾਂ ਉਹ ਪ੍ਰਵਾਨ ਕਰ ਲਿਆ ਜਾਊ। ਸੋ ਹੁਣ ਇਹ ਦੇਖਣਾ ਹੋਊਗਾ ਕਿ UAE ਇਸ ਚੀਜ਼ ਨੂੰ ਅਖਤਿਆਰ ਕਰਦਾ ਜਾਂ ਇਸ ਰਸਤੇ ਨੂੰ ਅਪਣਾਉਂਦਾ ਜਾਂ ਨਹੀਂ ਅਪਣਾਉਂਦਾ। ਤਾਂ UAE ਦਾ ਜਿਹੜਾ ਮਸਲਾ ਹੈ, ਹੁਣ ਦੇਖੋ ਕਈ ਲੋਕ ਹੈ ਜਿਹੜੇ ਬਹਿਸ ਕਰਦੇ ਪਏ ਆ ਕਿ UAE ਕਿਉਂ ਇੰਟਰਸਟਿਡ ਆ, ਇਹਦਾ ਕੀ ਕਾਰਨ ਆ, ਜਾਂ ਇਹ ਕਿਉਂ ਰੱਦ ਕਰ ਰਹੇ ਆ ਉਸ ਪੇਸ਼ਕਸ਼ ਨੂੰ, ਉਹ ਵਾਦ ਅਪਵਾਦ ਆ। ਪਰ UAE ਦਾ ਜਿੱਥੋਂ ਤੱਕ ਮਸਲਾ ਹੈ ਨਾ, ਜੇ ਤੁਸੀਂ ਚੰਗੀ ਤਰ੍ਹਾਂ ਦੇਖੋਗੇ ਜਿਹੜੀ ਕੇਰਲ ਦੀ ਆਬਾਦੀ ਆ, ਕੇਰਲ ਦੀ ਆਬਾਦੀ ਦੇ ਵਿੱਚੋਂ 20,00,000 ਦੇ ਕਰੀਬ ਬੰਦਾ ਜਿਹੜਾ ਉਹ NRI, ਪਰ ਉਹਦੇ ਵਿੱਚੋਂ ਬਹੁਤ ਸਾਰੇ ਲਗਭਗ 90% ਦੇ ਕਰੀਬ ਜਿਹੜੇ ਆ ਦੱਸਦੇ ਆ ਕਿ ਉਹ ਖਾੜੀ ਮੁਲਕਾਂ ਦੇ ਵਿੱਚ ਆ, ਔਰ ਖਾੜੀ ਮੁਲਕਾਂ ਦੇ ਵਿੱਚ ਵੀ ਜਿੰਨੇ ਆ ਉਹਨਾਂ ਦੇ ਵਿੱਚੋਂ ਵੀ ਬਹੁਤ ਵੱਡੀ ਤਾਦਾਦ ਲਗਭਗ 40% ਜਿਹੜੇ ਉਹ UAE ਦੇ ਵਿੱਚ ਆ। ਤਾਂ UAE ਨੂੰ ਇਹ ਆ ਕਿ ਸਾਡੇ ਅਰਥਚਾਰੇ ਦੇ ਵਿੱਚ ਜਿਹੜੇ ਕੰਮ ਹੈ ਏਡਾ ਵੱਡਾ ਸਹਿਯੋਗ ਕਰਦੇ ਆ, ਕੰਟਰੀਬਿਊਸ਼ਨ ਕਰਦੇ ਆ, ਤਾਂ ਅੱਜ ਜੇ ਉਹਨਾਂ ਦੇ ਘਰਾਂ ਚ ਵਿਪਤਾ ਆਈ ਆ ਤੇ ਅਸੀਂ ਉਹਨਾਂ ਦੀ ਇਸ ਔਖੀ ਘੜੀ ਦੇ ਵਿੱਚ ਬਾਹ ਫੜੀਏ। ਸੋ ਆਹ ਉਹਨਾਂ ਦਾ ਲੌਜਿਕ ਹੈ, ਹੋਰ ਇਹ ਨਹੀਂ ਹੈ ਕਿ ਕੋਈ ਉਹ ਨੀਵਾਂ ਦਿਖਾ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਸਟੇਟ ਜਿਹੜੀ ਲੋਕਲ ਸਟੇਟ ਹੈ ਉਹਦੀ ਮਰਜ਼ੀ ਵੀ ਪੁੱਛਣੀ ਚਾਹੀਦੀ ਹੈ। ਘਰ ਕਹਿੰਦੀ ਆ ਕਿ ਭਾਈ ਜਾਂਦੇ ਤੁਸੀਂ ਕਰੋ, ਸਾਡਾ ਕੋਈ ਹੀ ਲਾਭ ਸੀਲਾ ਤੇ ਜਾਂ ਸਾਨੂੰ ਇਮਦਾਦ ਲੈਣ ਦਿਓ UAE ਤੋਂ, ਬਹੁਤ ਵੱਡੀ ਇਮਦਾਦ ਆ ਰਹੀ ਹੈ। ਹੁਣ ਇਹਨਾਂ ਨੇ ਹੁਣ ਤੱਕ 500 ਕਰੋੜ ਰੁਪਇਆ ਐਲਾਨਿਆ, ਜਦ ਤੋਂ ਸਿੱਧਾ 700 ਕਰੋੜ ਰੁਪਇਆ ਦੇ ਰਿਹਾ। ਕੇਰਲ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਖੁਦ ਪ੍ਰਧਾਨ ਮੰਤਰੀ ਨੂੰ ਮਿਲੂੰਗਾ ਕਿ ਤੁਸੀਂ ਜੋ ਕਰਨਾ ਬਾਅਦ ਚ ਕਰਦੇ ਰਹੋ, ਸਾਨੂੰ ਏਡੀ ਵੱਡੀ ਇਮਦਾਦ ਮਿਲਦੀ ਹੈ ਤੇ ਲੈਣ ਦਿਓ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਮਰਜ਼ੀ ਵੀ ਪੁੱਛ ਲੈਣੀ ਚਾਹੀਦੀ ਹੈ। ਠੀਕ ਹੈ, ਤੁਹਾਡੀ ਪਾਲਿਸੀ ਆ, ਪਾਲਿਸੀਆਂ ਬਣਦੀਆਂ ਨੇ, ਪਾਲਿਸੀਆਂ ਬਦਲਦੀਆਂ ਵੀ ਨੇ। ਤਾਂ ਜੇ ਇਹੋ ਜਿਹੀ ਹਾਲਤ ਆ ਕਿ ਅੱਜ UAE ਅੱਗੇ ਆ ਰਿਹਾ ਇਸ ਕਰਕੇ ਕਿਉਂਕਿ ਉਹਨਾਂ ਦੇ
ਦੇਸ਼ ਦੇ ਅਰਥਚਾਰੇ ਨੂੰ ਇੱਥੋਂ ਗਏ ਕਾਮੇ ਆ ਜਿਹੜੇ ਬਹੁਤ ਵੱਡਾ ਠੁਮਣਾ ਦਿੰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਊਚ ਨੀਚ ਵਾਲੀ ਤੇ ਗੱਲ ਨਹੀਂ ਹੈ, ਜੇ ਪਾਲਿਸੀਆਂ ਦੂਸਰੇ ਮਾਮਲਿਆਂ ਚ ਬਦਲੀਆਂ ਜਾ ਸਕਦੀਆਂ ਤਾਂ ਕੇਰਲ ਦੀ ਮਰਜ਼ੀ ਦੇ ਨਾਲ ਇੱਥੇ ਵੀ ਬਦਲ ਬਦਲਾ ਕਰ ਲੈਣਾ ਚਾਹੀਦਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਡੇਰੇ ਵਾਲੇ ਦੀ ਜ਼ਮਾਨਤ ਖਾਰਜ ਹੋਈ। ਦੇਖੋ ਇਹਨੇ ਜ਼ਮਾਨਤ ਲਾਈ ਸੀਗੀ ਪੰਚਕੂਲਾ ਦੀ CBI ਕੋਰਟ ਦੇ ਵਿੱਚ। ਵੈਸੇ ਅੱਜ ਦੋ ਫੈਸਲੇ ਹੋਏ ਆ, ਦੋ ਫੈਸਲੇ ਸੀਗੇ ਕਿ ਇੱਕ ਤਾਂ ਇਹਦੀ ਜ਼ਮਾਨਤ ਦੀ ਪਟੀਸ਼ਨ ਤੇ ਫੈਸਲਾ ਆਉਣਾ ਸੀਗਾ, ਕੋਰਟ ਨੇ ਉਹ ਫੈਸਲਾ ਸੁਣਾਉਣਾ ਸੀ, ਤੇ ਦੂਸਰਾ ਇੱਕ ਹੋਰ ਫੈਸਲਾ ਸੀਗਾ ਜਿਹੜਾ ਇਸੇ ਹੀ ਮਾਮਲੇ ਦੇ ਵਿੱਚ ਨਪੁੰਸਕ ਬਣਾਉਣ ਵਾਲੇ ਮਾਮਲੇ ਦੇ ਵਿੱਚ ਆ, ਡਾਕਟਰ ਪੰਕਜ ਗਰਗ, ਉਹਨੇ ਅਰਜ਼ੀ ਲਾਈ ਸੀਗੀ ਕਿ ਮੈਂ ਵਿਦੇਸ਼ ਜਾਣਾ, ਫੋਰਨ ਜਾਣਾ, ਤਾਂ ਮੈਨੂੰ ਇਜਾਜ਼ਤ ਦਿੱਤੀ ਜਾਵੇ, ਆਗਿਆ ਦਿੱਤੀ ਜਾਵੇ ਬਾਹਰ ਜਾਣ ਦੀ। ਤਾਂ ਇੱਕ ਅਰਜ਼ੀ ਜਿਹੜੀ ਆ ਉਹ ਖਾਰਜ ਕਰ ਦਿੱਤੀ ਗਈ ਆ, ਦੂਸਰੀ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਆ। ਤਾਂ ਫਿਰ ਤੁਸੀਂ ਆਪਣੇ ਆਪ ਹੀ ਸਮਝ ਗਏ ਹੋਵੋਗੇ ਕਿ ਝਟਕਾ ਕਿਹਨੂੰ ਲੱਗਿਆ ਤੇ ਖੁਸ਼ਖਬਰੀ ਕਿਹਨੂੰ ਸੁਣਨ ਨੂੰ ਮਿਲੀ ਆ। ਯਾਨੀ ਝਟਕਾ ਲੱਗਿਆ ਡੇਰਾ ਮੁਖੀ ਨੂੰ, ਉਹਦੀ ਜ਼ਮਾਨਤ ਅਰਜ਼ੀ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਆ, ਜਦਕਿ ਜਿਹੜਾ ਦੂਸਰਾ ਡਾਕਟਰ ਸੀਗਾ ਪੰਕਜ ਗਰਗ ਉਹਦੀ ਅਰਜ਼ੀ ਜਿਹੜੀ ਆ ਉਹ ਪ੍ਰਵਾਨ ਕਰ ਲਈ ਗਈ ਆ। ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰੋ, ਕਿਉਂਕਿ ਜਦੋਂ ਇਸ ਤਰ੍ਹਾਂ ਇਜਾਜ਼ਤ ਦਿੰਦੀ ਹੈ ਕੋਰਟ ਤਾਂ ਕੁਛ ਸ਼ਰਤਾਂ ਹੁੰਦੀਆਂ, ਕੁਛ ਪ੍ਰੋਸੀਜਰ ਹੁੰਦੇ ਜਿਹੜੇ ਪੂਰੇ ਕਰਨੇ ਪੈਂਦੇ ਆ। ਸੋ ਉਹਨਾਂ ਨੇ ਕਿਹਾ ਕਿ ਸਸ਼ਰਤ ਤੁਹਾਨੂੰ ਅਸੀਂ ਬਾਹਰ ਜਾਣ ਦੀ ਇਜਾਜ਼ਤ ਦਿੰਦੇ ਹਾਂ, ਤੁਸੀਂ ਉਹ ਸ਼ਰਤਾਂ ਪੂਰੀਆਂ ਕਰਕੇ ਉਹ ਔਪਚਾਰਿਕਤਾਵਾਂ ਜਿੰਨੀਆਂ ਨੇ ਉਹ ਪੂਰੀਆਂ ਕਰਕੇ ਜਾ ਸਕਦੇ ਹੋ। ਸੋ ਇੱਕ ਨੂੰ ਖੁਸ਼ੀ ਇੱਕ ਨੂੰ ਗਮੀ ਆ, ਪਰ ਮੈਂ ਜਿਹੜਾ ਜਾਤੀ ਤੌਰ ਤੇ ਵਿਚਾਰ ਲੈ ਕੇ ਚੱਲਦਾ ਪਿਆ ਸੀ ਉਹ ਇਹ ਆ ਕਿ ਦੇਖੋ ਇਹਨੂੰ ਜ਼ਮਾਨਤ ਲਾਉਣ ਦੀ ਕੀ ਜ਼ਰੂਰਤ ਹੈ, ਕਿਉਂਕਿ ਦੂਸਰੇ ਦੋ ਕੇਸਾਂ ਦੇ ਵਿੱਚ ਇਹਨੂੰ 10-10 ਸਾਲ ਕਹਿ ਦਿਆ ਤਾਂ ਬਾਹਰ ਤਾਂ ਆਉਣੋ ਰਿਹਾ। ਇਹ ਚੱਕਰ ਕੀ ਆ ਕਿ ਜ਼ਮਾਨਤ ਦੀ ਐਪਲੀਕੇਸ਼ਨ ਕਾਹਤੋਂ ਲਾਈ ਗਈ? ਮੈਂ ਤੇ ਦਿਮਾਗ ਦਾ ਘੋੜਾ ਬਹੁਤ ਤੇਜ਼ ਭਜਾਇਆ ਪਰ ਕੁਝ ਵੀ ਚੀਜ਼ ਪੱਲੇ ਨਹੀਂ ਪਈ। ਹੁਣ ਸਵੇਰੇ ਦੇਖਦੇ ਹਾਂ ਜਦੋਂ ਮੀਡੀਆ ਜਿਹੜਾ ਤਫਸੀਲ ਦੇ ਨਾਲ ਬਾਤਸਤੀ ਦੇ ਇਸ ਖ਼ਬਰ ਨੂੰ ਦੱਸੂਗਾ ਕਿ ਕਿਵੇਂ ਜਾਂ ਕਿਸ ਪਰਪਸ ਦੇ ਨਾਲ ਕਿਸ ਮੰਤਵ ਦੇ ਨਾਲ ਜ਼ਮਾਨਤ ਲਾਈ ਗਈ। ਪਰ ਇੱਕ ਚੀਜ਼ ਜਿਹੜੀ ਆ ਉਹ ਸੰਭਾਵਨਾ ਦੇ ਰੂਪ ਚ ਦੇਖਦੀ ਆ ਕਿ ਦੇਖੋ ਇਲੈਕਸ਼ਨ ਦਾ ਟਾਈਮ ਆ ਰਿਹਾ, ਹੋ ਸਕਦਾ ਹੈ ਕਿ ਕੋਈ ਉਮੀਦ ਬੱਝੀ ਹੋਵੇ ਕਿ ਚਲੋ ਪੱਕੇ ਤੌਰ ਤੇ ਨਹੀਂ ਕੁਛ ਦਿਨ ਦਾ ਤੋਰਾ ਫੇਰਾ ਤੇ ਕਰ ਸਕਦੇ ਹਾਂ, ਕੁਛ ਦਿਨ ਦਾ ਗੇੜਾ ਤੇ ਕੱਢ ਸਕਦੇ ਹਾਂ ਪੈਰੋਲ ਤੇ, ਕਿਉਂਕਿ 1 ਸਾਲ ਹੋ ਗਿਆ ਇਹਨੂੰ, 1 ਸਾਲ ਅੰਦਰ ਗਏ ਨੂੰ ਹੋ ਗਿਆ, ਇਹ ਪੈਰੋਲ ਮੰਗ ਸਕਦਾ। ਔਰ ਇਹਦੇ ਵਿੱਚ ਅੜਿੱਕਾ ਹੋਰ ਕੁਛ ਨੀ ਆਉਣਾ, ਸਿਰਫ ਤੇ ਸਿਰਫ ਜਿਹੜੇ ਹੋਰ ਕੇਸ ਹੈ ਜਿਹੜੇ ਅੰਡਰ ਟ੍ਰਾਇਲ ਕੇਸ ਆ ਉਹਨਾਂ ਨੇ ਹੀ ਅੜਿੱਕਾ ਪਾਉਣਾ। ਤਾਂ ਉਹਦੇ ਵਿੱਚੋਂ ਇੱਕ ਮੁੱਖ ਕੇਸ ਹੈ ਜਿਹੜਾ ਇਹ ਆ, ਸ਼ਾਇਦ ਇਹੀ ਸੋਚਿਆ ਗਿਆ ਕਿ ਜ਼ਮਾਨਤ ਜੇ ਇੱਧਰੋਂ ਮਿਲ ਜਾਂਦੀ ਹੈ ਤਾਂ ਦੂਸਰੇ ਪਾਸੋਂ ਫਿਰ ਪੈਰੋਲ ਦਾ ਜਿਹੜਾ ਉਹ ਚਾਂਸ ਲਿਆ ਜਾ ਸਕਦਾ ਕਿ ਪੈਰੋਲ ਜਿਹੜੀ ਹੈ ਤੋਰੀ ਜਾ ਸਕੇ। ਲੱਗਦਾ ਇਹੋ ਹੀ ਆ ਕਿ ਕੋਈ ਭੰਨ ਕਾਢ ਕਰਨ ਦੀ ਫਰਾਕ ਦੇ ਵਿੱਚ, ਪਰ ਜੋ ਵੀ ਹੈ ਉਹ ਗੱਲਾਂ ਹੁਣ ਧਰੀਆਂ ਧਰਾਈਆਂ ਰਹਿ ਗਈਆਂ, ਹੁਣ ਤੇ ਬਸ ਉਹਨੂੰ ਸਬਰ ਕਰਕੇ ਬਹਿਣਾ ਪਊਗਾ ਜਾਂ ਇੰਤਜ਼ਾਰ ਕਰਨਾ ਪਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਪੀਲਾਂ ਪਈਆਂ ਹੋਈਆਂ ਨੇ ਹਾਈ ਕੋਰਟ ਦੇ ਵਿੱਚ ਜਾਂ ਜਿਹੜੇ ਅੰਡਰ ਟ੍ਰਾਇਲ ਕੇਸ ਆ ਉਹਨਾਂ ਦਾ ਫੈਸਲਾ ਕਿਸ ਤਰ੍ਹਾਂ ਹੁੰਦਾ। ਸੋ ਹੁਣ ਤੇ ਬਸ ਇੰਨਾ ਕਿਹਾ ਜਾ ਸਕਦਾ ਜਿਵੇਂ ਕਿਸੇ ਨੇ ਕਿਹਾ ਸੀ, ਸੋਚ ਕੇ ਤੇ ਸਬਰ ਕਰ ਲੈਣਾ ਚਾਹੀਦਾ, ਇਹ ਗਲਤ ਬਸ ਗਲਤ ਹੀ ਹੋਤਾ ਹੈ, ਹਾਲਾਤ ਕੋ ਦੋਸ਼ ਦੇਕਰ ਬਹਾਨੇ ਕੀ ਤਲਾਸ਼ ਨਾ ਕਰ। ਜੀ ਜੀ ਅਗਲੀ ਗੱਲ ਕਰਦੇ ਹਾਂ, ਰਾਜੋਆਣਾ ਹੁਣਾਂ ਨੂੰ ਜਥੇਦਾਰ ਬਣਾਉਣ ਵਾਲੀ ਗੱਲ ਜਿਹੜੀ ਉਹਨਾਂ ਨੇ ਇਨਕਾਰ ਕੀਤਾ। ਅੱਜ ਅਖਬਾਰਾਂ ਭਰੀਆਂ ਪਈਆਂ ਸਨ ਇਸ ਖ਼ਬਰ ਦੇ ਨਾਲ ਕਿ ਰਾਜੋਆਣਾ ਜੀ ਨੂੰ ਬਣਾਇਆ ਜਾ ਰਿਹਾ ਜਥੇਦਾਰ। ਜਦੋਂ ਤੜਕੇ ਲੋਕਾਂ ਨੇ ਅਖਬਾਰ ਪੜ੍ਹੇ ਅੱਜ ਖੁੰਡਾ ਤੇ ਵੀ ਇਹੋ ਹੀ ਖ਼ਬਰ ਚਰਚਿਤ ਰਹੀ, ਕਿਉਂਕਿ ਖ਼ਬਰ ਟਾਵੀਂ ਟਾਵੀਂ ਹੁੰਦੀ ਹੈ ਜਿਹੜੀ ਭੱਟਾਂ ਤੇ ਵੱਟਾਂ ਤੇ ਸੱਤਾਂ ਚ ਸਾਡੇ ਤੇ ਚਰਚਿਤ ਹੁੰਦੀ ਹੈ। ਤਾਂ ਅੱਜ ਇਹੋ ਖ਼ਬਰ ਜਿਹੜੀ ਉਹ ਚਰਚਾ ਦਾ ਵਿਸ਼ਾ ਬਣੀ ਰਹੀ। ਤਾਂ ਸ਼ਾਮ ਤੱਕ ਉਹਨਾਂ ਦੀ ਜਿਹੜੀ ਮੂੰਹ ਬੋਲੀ ਭੈਣ ਹੈ ਉਹਨੇ ਸਾਫ਼ ਕੀਤਾ ਅਧਿਕਾਰਤ ਤੌਰ ਤੇ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਇਹ ਏਜੰਸੀਆਂ ਦੀ ਅਫਵਾਹ ਆ, ਇਹ ਫਲਾਣਿਆਂ ਦੀ ਅਫਵਾਹ, ਧਮਕਾਣਿਆਂ ਦੀ ਅਫਵਾਹ, ਜਿੱਦਾਂ ਦੀ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਸ਼ਬਦਾਵਲੀ ਹੁੰਦੀ ਆਮ ਤੌਰ ਤੇ। ਉਹ ਕਹਿੰਦੇ ਆ ਕਿ ਫਾਂਸੀ ਤੋਂ ਬਚਣ ਵਾਸਤੇ ਇਸ ਤਰ੍ਹਾਂ ਦਾ ਰਸਤਾ ਜਿਹੜਾ ਉਹ ਬਲਵੰਤ ਸਿੰਘ ਰਾਜੋਆਣਾ ਅਖਤਿਆਰ ਨਹੀਂ ਕਰੇਗਾ। ਉਹਨਾਂ ਨੇ ਸਾਫ਼ ਕਰ ਦਿੱਤਾ, ਕਹਿਣ ਦਾ ਮਤਲਬ ਹੈ ਕਿ ਜਿਹੜੀ ਚਰਚਾ ਚੱਲਦੀ ਪਈ ਸੀ ਉਸ ਚਰਚਾ ਤੇ ਪੂਰਨ ਵਿਰਾਮ ਲਾ ਦਿੱਤਾ ਉਹਨਾਂ ਨੇ, ਇੱਕ ਵਾਰੀ ਬਿਲਕੁਲ ਕਹੀਏ ਰੋਕ ਲਾ ਦਿੱਤੀ ਉਸ ਚਰਚਾ ਤੇ। ਪਰ ਇਹ ਹੁਣ ਕਿਉਂ ਉੱਠਿਆ ਮਾਮਲਾ, ਕਿੱਦਾਂ ਇਹ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ, ਜੇ ਆਪਾਂ ਇਸ ਚੀਜ਼ ਨੂੰ ਵੇਖੀਏ ਵਿਚਾਰੀਏ ਤਾਂ ਇੱਕ ਚੀਜ਼ ਜਿਹੜੀ ਆ ਉਹ ਸਭ ਤੋਂ ਪੁਖਤਾ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ, ਉਹ ਇਹ ਆ ਕਿ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਆ
ਸ਼ਾਰਟ ਟਰਮ ਨੋਟਸ ਤੇ ਜਿਹੜੀ ਕੱਢੀ ਜਾਂਦੀ ਹੈ ਉਹ ਮੀਟਿੰਗ ਬੁਲਾਈ ਗਈ, ਹੰਗਾਮੀ ਮੀਟਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ 72 ਘੰਟਿਆਂ ਦਾ ਨੋਟਸ ਦੇ ਕੇ ਮੀਟਿੰਗ ਕੱਢੀ ਗਈ। ਉੱਥੋਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਨਿਕਲੀਆਂ ਕਨਸੋਹਾਂ ਦੇ ਤੌਰ ਤੇ, ਸਰਗੋਸ਼ੀਆਂ ਹੋਈਆਂ, ਚਰਚਾਵਾਂ ਚੱਲੀਆਂ ਕਿ ਸ਼ਾਇਦ ਇਹ ਹੰਗਾਮੀ ਮੀਟਿੰਗ ਇਸ ਕਰਕੇ ਸੱਦੀ ਗਈ ਆ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਬਣਾਇਆ ਜਾਊਗਾ। ਹੁਣ ਜਦੋਂ ਇੱਧਰ ਦੂਸਰੇ ਪਾਸਿਓਂ ਸਾਰਾ ਕੁਛ ਜਿਹੜਾ ਸਾਫ਼ ਹੋ ਗਿਆ, ਕਲੀਅਰ ਹੋ ਗਿਆ ਕਿ ਐਸੀ ਕੋਈ ਗੱਲ ਹੀ ਹੈ ਨਹੀਂ, ਤਾਂ ਫਿਰ ਇੱਕ ਚੀਜ਼ ਹੋਰ ਵੀ ਅੱਜ ਜਿਹੜੀ ਆ ਉਹ ਦਿਲਚਸਪ ਵਾਪਰੀ ਆ ਕਿ ਜਿਹੜੀ ਇਹਨਾਂ ਨੇ ਉਹ ਅੰਤਰਿਮ ਕਮੇਟੀ ਦੀ ਮੀਟਿੰਗ ਸੱਦੀ ਸੀਗੀ ਉਹ ਇਹਨਾਂ ਨੇ ਪੋਸਟਪੋਨ ਕਰ ਦਿੱਤੀ। ਮਤਲਬ ਕਿ ਪਹਿਲਾਂ ਇਹ ਮੀਟਿੰਗ ਜਿਹੜੀ ਸੀਗੀ 24 ਤਰੀਕ ਨੂੰ ਹੋਣੀ, ਹੁਣ ਕਹਿਤਾ ਕਿ 25 ਤਰੀਕ ਨੂੰ ਹੋਊਗੀ। ਹੁਣ ਵੇਖਣਾ ਇਹ ਹੋਊਗਾ ਕਿ 25 ਤਰੀਕ ਨੂੰ ਕਿਹੜਾ ਸੱਪ ਕੱਢਦੇ, ਕਿਉਂਕਿ ਜਿਹੜੀ ਇੱਕ ਚੀਜ਼ ਵਿਚਾਰੀ ਜਾ ਰਹੀ ਸੀਗੀ ਕਿ ਆਹ ਕੁਛ ਵਾਪਰ ਸਕਦਾ, ਉਹ ਚੀਜ਼ ਤੇ ਹੁਣ ਡਿਨਾਈ ਕਰ ਦਿੱਤੀ ਅਗਲਿਆਂ ਨੇ, ਤਾਂ ਇਹ ਦੂਸਰਾ ਪਰਪਸ ਕੀ ਹੋ ਸਕਦਾ? ਕਿਉਂਕਿ ਇਹ ਜਿਹੜੀ ਮੀਟਿੰਗ ਸੱਦੇ ਆ, ਇਸ ਤਰ੍ਹਾਂ ਦੀ ਜਿਹੜੀ ਮੀਟਿੰਗ ਹੁੰਦੀ ਆ, ਉਹਦੀ ਵਿਧੀ ਵਿਧਾਨ ਦੇ ਮੁਤਾਬਕ ਇੱਕੋ ਹੀ ਏਜੰਡਾ ਉਸ ਮੀਟਿੰਗ ਦੇ ਵਿੱਚ ਰੱਖਿਆ ਜਾ ਸਕਦਾ, ਮਤਲਬ ਇੱਕੋ ਹੀ ਮੁੱਦਾ। ਤਾਂ ਇੱਕੋ ਮੁੱਦਾ ਜੇ ਬਲਵੰਤ ਸਿੰਘ ਰਾਜੋ ਹੁਣ ਵਾਲਾ ਰਾਜੋਆਣਾ ਵਾਲਾ ਹੁਣ ਵਾਲਾ ਮੁੱਦਾ ਜਿਹੜਾ ਉਹ ਨਹੀਂ ਵਿਚਾਰਿਆ ਜਾਊਗਾ, ਤਾਂ ਉਸ ਸੂਰਤ ਵਿੱਚ ਕਿਹੜਾ ਮੁੱਦਾ ਹੋਊਗਾ? ਇਹ ਵੀ ਕਹਿੰਦੇ ਆ ਕਿ ਹੋ ਸਕਦਾ ਕਿ ਕਮਿਸ਼ਨ ਦੇ ਉਲਟੇ ਮਤਾ ਵੀ ਪਾ ਦੇਣ, ਕਿਉਂਕਿ ਇਸ ਸਮੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਤੁਹਾਨੂੰ ਪਤਾ ਇੱਕ ਵਿਵਾਦ ਉੱਠਿਆ ਪਿਆ। ਤਾਂ ਹੋ ਸਕਦਾ ਕਿ ਉਸ ਕਮਿਸ਼ਨ ਦੇ ਉਲਟ ਜਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਉਲਟ ਕੁਛ ਮਤਾ ਵਗੈਰਾ ਆ ਜਾਵੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਹੈ ਜਿਹੜਾ ਬੜੀ ਸ਼ਿੱਦਤ ਦੇ ਨਾਲ ਇਸ ਰਿਪੋਰਟ ਨੂੰ, ਜਿਹੜੀ 48 ਰਿਪੋਰਟ ਹੈ, ਇਹਨੂੰ ਕਾਊਂਟਰ ਕਰਨ ਦੇ ਵਿੱਚ ਲੱਗਾ ਹੋਇਆ। ਤਾਂ ਹੁਣ ਦੇਖਦੇ ਹਾਂ, ਕਿਉਂਕਿ ਇੱਕ ਪਾਸਾ ਤੇ ਹੋ ਗਿਆ, ਦੂਸਰਾ ਪਾਸਾ ਜਿਹੜਾ ਉਹ ਹਾਲੇ ਕਲੀਅਰ ਹੋਣਾ ਬਾਕੀ ਹੈ ਕਿ ਉਸ ਮੀਟਿੰਗ ਦਾ ਇੱਕ ਸੂਤਰੀ ਏਜੰਡਾ ਕੀ ਰਹੂਗਾ, ਯਾਨੀ ਹੁਣ ਕੀ ਸੱਪ ਨਿਕਲਦਾ ਉਸ ਦਿਨ, ਇਹ ਇੰਤਜ਼ਾਰ ਕਰਨਾ ਪਊ। ਜੀ 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 ਤੇ ਮਿੰਟੂ ਜੀ, ਜ਼ਰੂਰ ਦੱਸਿਓ ਵੀ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਆ, ਕੀ ਅਪਡੇਟ ਹੈਗੀ ਉਸ ਮਾਮਲੇ ਦੇ ਵਿੱਚ, ਹੋਰ ਕੁਛ ਬਣੀ ਗੱਲ ਅੱਗੇ ਤੁਰੀ? ਅਪਡੇਟ ਕੀ ਇੱਥੇ ਤੇ ਬਸ ਕਹਿ ਲਓ ਕਿ ਅਪਡੇਟ ਬਣੀ ਪਈ ਆ, ਖੱਪ ਬਈ ਪਈ ਆ। ਅੱਜ ਸੁਖਬੀਰ ਸਿੰਘ ਬਾਦਲ ਜੀ ਗਏ ਸਨ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ, ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ। ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ, ਤੁਹਾਨੂੰ ਪਤਾ ਉਹ ਗੱਲਬਾਤ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਦਸਤਾਵੇਜ਼ ਬਣ ਜਾਂਦਾ। ਸੋ ਉਹਨਾਂ ਨੇ ਗੱਲਬਾਤ ਕੀਤੀ, ਉਹ ਜਦੋਂ ਪੱਤਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਨਾਂ ਲਿਆ, ਉਹਨਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਦੁੱਗਣਾ ਤਿੱਗਣਾ ਹੋ ਗਿਆ। ਕਹਿੰਦਾ ਨਾ ਤੇ ਇਹ ਜਸਟਿਸ ਆ ਤੇ ਨਾ ਸਿੰਘ ਆ। ਉਹਨਾਂ ਨੇ ਗੱਲ ਹੀ ਨਿਬੇੜ ਦਿੱਤੀ, ਕਹਿੰਦਾ ਕਿ ਨਾ ਜਸਟਿਸ ਰਣਜੀਤ ਸਿੰਘ ਜਸਟਿਸ ਆ, ਨਾ ਸਿੰਘ ਆ। ਤੇ ਦੂਸਰਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜਸਟਿਸ ਰਣਜੀਤ ਸਿੰਘ ਆ, ਇਹਦੀ ਤੇ ਡਿਗਰੀ ਵੀ ਮੈਨੂੰ ਫਰਜ਼ੀ ਲੱਗਦੀ ਆ। ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਇਹਦੀ ਡਿਗਰੀ ਵੀ ਜਿਹੜੀ ਆ ਉਹ ਚੈੱਕ ਕਰਵਾਉਣ ਵਾਲੀ ਆ। ਸੋ ਇਹ ਵਿਵਾਦ ਜਿਹੜਾ ਉਹ ਅੱਗੇ ਵੱਧ ਵੀ ਸਕਦਾ, ਕਿਉਂਕਿ ਦੇਖੋ ਇਹ ਜਿਹੜਾ ਕਮਿਸ਼ਨ ਹੈ ਇਕੱਲਾ ਸਰਕਾਰ ਨੇ ਇਹ ਨਹੀਂ ਹੈ ਕਿ ਆਪਣੇ ਤੌਰ ਤੇ ਬਣਾ ਦਿੱਤਾ, ਇਹ ਕਾਨੂੰਨੀ ਦਾਇਰੇ ਦੇ ਵਿੱਚ ਆਉਂਦਾ ਕਮਿਸ਼ਨ। ਇਹ ਸੁਖਬੀਰ ਸਿੰਘ ਬਾਦਲ ਭੁੱਲਦਾ ਪਿਆ ਜਿਸ ਤਰੀਕੇ ਦੇ ਨਾਲ ਇਹ ਹੁਣ ਕਰਤਾਰ ਕੁਸ਼ੀ ਕਰਨ ਡਏ ਆ ਰਣਜੀਤ ਸਿੰਘ ਕਮਿਸ਼ਨ ਦੀ, ਤੇ ਆਪਾਂ ਨੂੰ ਵੀ ਪਤਾ ਹੀ ਆ ਕਿਸ ਤਰ੍ਹਾਂ ਦੇ ਜਿਹੜੇ ਕਮਿਸ਼ਨ ਬਣਦੇ ਆ, ਕਿਤੇ ਨਾ ਕਿਤੇ ਪੋਲੀਟੀਕਲ ਇਨਫਲੂਐਂਸ ਰਹਿੰਦਾ ਇਹਨਾਂ ਚੀਜ਼ਾਂ ਦੇ ਵਿੱਚ। ਪਰ ਜਿਸ ਤਰੀਕੇ ਦੀ ਇਹ ਸ਼ਬਦਾਵਲੀ ਵਰਤਣ ਲੱਗ ਪਏ ਆ, ਮੇਰੇ ਖਿਆਲ ਦੇ ਨਾਲ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ, ਕਿਉਂਕਿ ਇਹ ਕਮਿਸ਼ਨ ਹੈ ਜਿਹੜਾ ਉਹ ਸੰਵਿਧਾਨ ਦੇ ਮੁਤਾਬਕ ਅਪੁਆਇੰਟ ਕੀਤਾ ਗਿਆ। ਇਹ ਨਹੀਂ ਹੈ ਕਿ ਇਹਨਾਂ ਨੇ ਸਿਆਸੀ ਮੁਫਾਦਾਂ ਲਈ ਸਾਰਾ ਕੁਛ ਕੀਤਾ। ਠੀਕ ਆ ਕਿ ਸਿਆਸੀ ਮੁਫਾਦ ਜਿਹੜੇ ਆ, ਇੰਟਰਸਟ ਆ ਜਿਹੜੇ ਵਿੱਚ ਹੁੰਦੇ ਆ। ਸੋ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਆ, ਮੇਰੇ ਖਿਆਲ ਦੇ ਨਾਲ ਇਹਦਾ ਮਿਆਰ ਹੈ ਜਿਹੜਾ ਉਹ ਇੱਥੋਂ ਤੱਕ ਨਹੀਂ ਸੀ ਜਾਣਾ ਚਾਹੀਦਾ। ਪਰ ਗੱਲ ਅੱਗੇ ਇੱਥੋਂ ਵੀ ਚਲੇ ਗਈ। ਸੁਖਜਿੰਦਰ ਸਿੰਘ ਉਹਨੇ ਕੱਲ ਕਹਿ ਦਿੱਤਾ ਸੀਗਾ ਕਿ ਗਿਆਨੀ ਗੁਰਮੁਖ ਸਿੰਘ ਤੇ ਮਰਿਆ ਬਰੋਬਰ ਆ, ਕਹਿੰਦਾ ਕਿ ਸਾਡੇ ਪੰਜਾਬੀ ਚ ਕਹਿੰਦੇ ਆ ਕਿ ਜਿਹੜਾ ਮਰ ਗਿਆ ਸੋ ਮੁੱਕਰ ਗਿਆ, ਕਹਿੰਦੇ ਇਹਨਾਂ ਦਾ ਕੀ ਆ, ਦੋਵਾਂ ਭਰਾਵਾਂ ਦਾ ਹਾਲ ਮਰੇ ਮੁੱਕਰੇ ਵਾਲਾ। ਫਿਰ ਅੱਜ ਮਜੀਠੀਏ ਨੇ ਮੋਰਚਾ ਖੋਲ ਦਿੱਤਾ, ਕਿਉਂਕਿ ਤੁਹਾਨੂੰ ਪਤਾ ਹੀ ਆ ਜਦੋਂ ਉਹਦਾ ਜੀਜਾ ਮੈਦਾਨ ਚ ਹੋਵੇ ਤੇ ਮਜੀਠੀਆ ਕਿਵੇਂ ਪਿੱਛੇ ਰਹੂਗਾ। ਉਹ ਕਹਿੰਦਾ ਕਿ ਇਹ ਜਿਹੜੇ ਕਾਂਗਰਸੀ ਹੁਣ ਅਸੈਂਬਲੀ ਦੇ ਵਿੱਚ ਐਂਬੂਲੈਂਸਾਂ ਲੈ ਕੇ ਜਾਣ, ਪਤਾ ਨੀ ਹੁਣ ਐਂਬੂਲੈਂਸਾਂ ਕੱਦ ਤੋਂ ਕਹਿੰਦਾ ਸੀਗਾ, ਕਹਿੰਦਾ ਕਿ ਹੁਣ ਅਸੀਂ ਕਰਾਂਗੇ ਸੂਤ ਐਂਬੂਲੈਂਸਾਂ ਲੈ ਕੇ ਜਾਣ। ਤੇ ਸੁਖਜਿੰਦਰ ਰੰਧਾਵਾ ਕਹਿੰਦਾ ਕਿ ਬਸ ਇਹ ਗੁੰਡਾ ਤੇ ਗੁੰਡਿਆਂ ਦੀ ਗੱਲ ਕਰੀ ਜਾਂਦਾ। ਸੋ ਇਸ ਤਰ੍ਹਾਂ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਪਈਆਂ। ਉਹ ਇਹਨਾਂ ਦਾ ਜਿਹੜਾ ਰਾਜਕੁਮਾਰ ਵੀਰਕਾ ਕਹਿੰਦਾ ਕਿ ਤੁਸੀਂ ਸਾਨੂੰ ਐਂਬੂਲੈਂਸਾਂ ਦੀ ਸਲਾਹ ਦਿੰਦੇ ਹੋ, ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਹੱਥ ਕੜੀਆਂ ਲੈ ਕੇ ਆਇਓ, ਤੁਹਾਨੂੰ ਲਾ ਕੇ ਤੇ ਜੇਲ੍ਹ ਚ ਭੇਜਣਾ। ਸੋ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜਿਆ ਗਿਆ ਕਿ ਜਿਹੜੀ ਚੀਜ਼ ਅਸਲ ਚਰਚਾ ਦਾ ਵਿਸ਼ਾ ਬਣਨੀ ਚਾਹੀਦੀ ਹੈ, ਉਹ ਚੀਜ਼ ਵਿਚਾਰੀ ਨਹੀਂ ਜਾ ਰਹੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਅੱਜ
ਨਵਜੋਤ ਸਿੱਧੂ ਨੂੰ ਵੀ ਬਹੁਤ ਨਿਸ਼ਾਨੇ ਤੇ ਲਿਆ, ਇੱਥੋਂ ਤੱਕ ਕਿਹਾ ਕਿ ਸ਼ੁਰਲੀ ਆ, ਔਰ ਇਹਨੇ ਆਪਣਾ ਬਚਾਅ ਕਰਨ ਲਈ ਉਹ ਕੋਰੀਡੋਰ ਵਾਲੀ ਗੱਲ ਕਰ ਦਿੱਤੀ ਕਿ ਕਰਤਾਰਪੁਰ ਲਾਂਘਾ ਸਾਨੂੰ ਦਿੱਤਾ ਜਾ ਰਿਹਾ ਪਾਕਿਸਤਾਨ ਵੱਲੋਂ, ਕਹਿੰਦਾ ਕਿ ਜੇ ਇਹਦੀ ਇੰਨੀ ਵਰਦੀ ਆ ਤੇ ਅਸੀਂ ਇਹਨੂੰ ਇੱਕ ਮਹੀਨਾ ਦਿੰਦੇ ਪਾਕਿਸਤਾਨ ਚ ਜਾਵੇ ਤੇ ਜੋ ਜੇ ਇੱਥੇ ਉਹ ਸਾਰਾ ਅੱਤਵਾਦ ਬੰਦ ਕਰਵਾਵੇ। ਇਹਨੇ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ, ਕਹਿੰਦਾ ਕਿ ਇਹ ਕਰਤਾਰਪੁਰ ਦਾ ਲਾਂਘਾ ਲੈਣ ਲਈ ਤੇ ਅਸੀਂ ਬਹੁਤ ਲੰਮੇ ਸਮੇਂ ਤੋਂ ਯਤਨਸ਼ੀਲ ਆ, ਅਸੀਂ ਬਹੁਤ ਵਾਰੀ ਮੰਗ ਰੱਖ ਚੁੱਕੀ ਹੈ ਤੇ ਐਵੇਂ ਹੁਣ ਆਪਣਾ ਵਿਚਾਰ ਕਰਦਾ। ਕਹਿੰਦਾ ਕਿ ਅਸਲ ਦੇ ਵਿੱਚ ਆਹ ਹੁਣ ਜਿਹੜੇ ਬੈਂਸ ਆ ਜਾਂ ਜਿਹੜਾ ਇਹਨਾਂ ਦਾ ਇਹ ਟੋਲਾ ਫਿਰਦਾ, ਇਹਨਾਂ ਨੇ ਇਕੱਠਿਆ ਹੋਣਾ, ਕਹਿੰਦਾ ਕਿ ਇਹਨੂੰ ਰੋਜ਼ ਹੁਣ ਛਿੱਤਰ ਪੈਂਦੀ ਹੈ ਕਾਂਗਰਸ ਦੀ। ਸੋ ਸ਼ਬਦਾਵਲੀ ਜਿਹੜੀ ਅੱਜ ਸੁਖਬੀਰ ਸਿੰਘ ਬਾਦਲ ਦੀ ਉਹ ਅਟੈਕਿੰਗ ਹੀ ਨਹੀਂ, ਗੈਰ ਮਿਆਰੀ ਦੀ ਜਾਂਦੀ ਹੈ ਥੋੜੀ ਜਿਹੀ। ਖੈਰ ਇਹ ਤੋਂ ਇਲਾਵਾ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਤਾਂ ਬੋਲਣਾ ਚਾਹਾਂ ਜ਼ਰੂਰ ਕਰੂੰਗਾ ਕਿ ਜੋ ਚੀਜ਼ਾਂ ਜੋ ਨੁਕਤੇ ਵਿਚਾਰਨੇ ਚਾਹੀਦੇ ਉਹਦੇ ਤੇ ਕੋਈ ਵੀ ਬੰਦਾ ਜਿਹੜਾ ਉਹ ਕੰਨ ਨਹੀਂ ਕਰਦਾ ਪਿਆ ਕਿ ਗਿਆਨੀ ਗੁਰਮੁਖ ਸਿੰਘ ਨੂੰ ਬੁਲਾਇਆ ਜਾਵੇ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਕ ਖਤ ਵੀ ਲਿਖ ਦਿੱਤਾ ਔਰ ਉਹਨੂੰ ਪਬਲਿਕਲੀ ਇਹਨਾਂ ਨੇ ਜਾਰੀ ਵੀ ਕਰ ਦਿੱਤਾ। ਉਹ ਖਤ ਲਿਖਿਆ ਅਕਾਲ ਤਖ਼ਤ ਨੂੰ ਕਿ ਸਾਨੂੰ ਸਪਸ਼ਟ ਕੀਤਾ ਜਾਵੇ ਕਿਰਪਾ ਕਰਕੇ ਕਿ ਉਹ ਕਿਹੜੀਆਂ ਪਰਿਸਥਿਤੀਆਂ ਨੇ ਜਿਹਦੇ ਕਰਕੇ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਫਿਰ ਤਰਨਤਾਰਨ ਸਾਹਿਬ ਤੋਂ ਇੱਥੇ ਕੀਤਾ ਗਿਆ, ਜਦਕਿ ਉਹਨਾਂ ਨੇ ਖੁਦ ਅਕਾਲ ਤਖ਼ਤ ਦੇ ਜਥੇਦਾਰ ਤੇ ਬਹੁਤ ਵੱਡੇ ਦੋਸ਼ ਲਾਏ ਹੋਏ ਹਨ। ਸੋ ਉਹਨਾਂ ਨੇ ਵੀ ਇੱਕ ਤਰ੍ਹਾਂ ਦਾ ਕਹਿ ਲਈਏ ਕਿ ਘੇਰਾ ਤੰਗ ਕਰ ਦਿੱਤਾ ਇਹਨਾਂ ਦੇ ਉਲਟ। ਪਰ ਦੂਜੀ ਗੱਲ ਜਿਹੜੀ ਆ ਕਿ ਦੇਖੋ ਇਹ ਸਵਾਲ ਹੋਣਾ ਚਾਹੀਦਾ ਕਿ ਗਿਆਨੀ ਗੁਰਮੁਖ ਸਿੰਘ ਕਿਉਂ ਨੀ ਬੋਲਦਾ ਪਿਆ। ਇਹ ਅਕਾਲੀ ਵੀ ਚੁੱਕ ਸਕਦੇ ਸਵਾਲ, ਕਾਂਗਰਸੀ ਵੀ ਚੁੱਕ ਸਕਦੇ ਆ, ਔਰ ਸਿੱਖਾਂ ਨੂੰ ਵੀ ਚੁੱਕਣਾ ਚਾਹੀਦਾ ਕਿ ਉਦੋਂ ਡੇਢ ਡੇਢ ਘੰਟੇ ਦੀਆਂ ਇੰਟਰਵਿਊਆਂ ਦੇਣ ਵਾਲਾ ਬੰਦਾ ਹੁਣ ਕਿਉਂ ਨੀ ਬੋਲਦਾ ਪਿਆ, ਉਹ ਤਸਦੀਕ ਕਰੇ। ਔਰ ਉਹਦਾ ਭਰਾ ਕਹੀ ਜਾਂਦਾ ਕਿ ਮੇਰਾ ਵੀ ਨਾਰਕੋ ਟੈਸਟ ਕਰਵਾਓ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਵੀ ਨਾਰਕੋ ਟੈਸਟ ਕਰਾਓ, ਫਿਰ ਸੁਖਜਿੰਦਰ ਰੰਧਾਵਾ ਦਾ ਵੀ ਨਾਰਕੋ ਟੈਸਟ ਕਰਾਓ। ਤੇ ਲੋਕੀ ਕਹਿੰਦੇ ਕਿ ਪਹਿਲਾਂ 13 ਨਾਰਕੋ ਟੈਸਟ ਕਿਹੜਾ ਕਰਵਾਈਏ, ਜਿਹੜਾ ਸਾਲ ਪਹਿਲਾਂ ਵਾਲਾ ਕਿ ਹੁਣ ਵਾਲਾ, ਹੁਣ ਵਾਲਾ ਕਰਾਈਏ ਕਿ ਜਿਹੜਾ ਪਿਛਲਾ ਉਦੋਂ ਬੋਲਦਾ ਸੀ ਉਦੋਂ ਵਾਲਾ ਨਾਰਕੋ ਟੈਸਟ ਕਰਵਾਈਏ, ਉਦੋਂ ਤੂੰ ਸੱਚ ਬੋਲਦਾ ਸੀਗਾ। ਸੋ ਕਹਿਣ ਦਾ ਮਤਲਬ ਇਹ ਆ ਕਿ ਗਿਆਨੀ ਗੁਰਮੁਖ ਸਿੰਘ ਕਿਉਂ ਨੀ ਬੋਲ ਰਿਹਾ ਜਦੋਂ SDPC ਦਾ ਮੁਲਾਜ਼ਮ ਹੈ ਇਸ ਤਰ੍ਹਾਂ ਨਾਲ। ਤਾਂ ਸਿੱਖਾਂ ਦੀ ਉਹ ਸੰਸਥਾ ਸਾਰਾ ਕੁਛ ਦਾਅ ਤੇ ਲੱਗਾ ਪਿਆ, ਸਿੱਖ ਜਿਹੜੇ ਆ ਉਹ ਇੱਕ ਉਮੀਦ ਲੈ ਕੇ ਬੈਠੇ ਆ ਕਿ ਜੋ ਬੇਹਰਮਤੀ ਹੋਈ ਆ ਗੁਰੂ ਸਾਹਿਬਾਨ ਦੀ ਤਾਂ ਉਹ ਬੇਹਰਮਤੀ ਕਿਤੇ ਨਾ ਕਿਤੇ ਇਨਸਾਫ ਤੱਕ ਪਹੁੰਚੂਗੀ। ਤਾਂ ਬੋਲਣਾ ਚਾਹੀਦਾ, ਬੋਲਣਾ ਬਣਦਾ ਗਿਆਨੀ ਗੁਰਮੁਖ ਸਿੰਘ ਦਾ, ਉਹ ਹੰਨਾ ਬੰਨਾ ਕਰੇ, ਤਣ ਪੱਤਨ ਲਾਵੇ ਗੱਲ ਨੂੰ। ਔਰ ਦੂਜੀ ਚੀਜ਼ ਇਹ ਆ ਕਿ ਕਾਂਗਰਸੀ ਵੀ ਬੁਖਲਾਏ ਪਏ ਆ ਔਰ ਘਬਰਾਏ ਪਏ ਆ ਬਿਲਕੁਲ, ਜਿਸ ਤਰੀਕੇ ਨਾਲ ਅਕਾਲੀਆਂ ਨੇ ਉਹਨਾਂ ਨੂੰ ਕਾਊਂਟਰ ਕੀਤਾ, ਕਾਊਂਟਰ ਕੀ ਕਿਉਂ ਮਹਿਕਮ ਬੈਕਫੁੱਟ ਤੇ ਲੈ ਗਏ ਆ। ਪਹਿਲੀ ਗੱਲ ਤੇ ਇਹ ਹੈ ਕਿ ਹੁਣ ਇਹਨਾਂ ਨੇ ਇਹ ਕਦੇ ਪੜਤਾਲ ਕਰਵਾਈ ਹੈ ਕਿ ਇਹ ਰਿਪੋਰਟ ਲੀਕ ਕੀਤਾ ਕਿਸ ਤਰ੍ਹਾਂ ਹੋਈ, ਜੇ ਰਿਪੋਰਟ ਲੀਕ ਨਾ ਹੁੰਦੀ ਰਾਜ ਕਰਮਵੀਰ ਸਿੰਘ ਜੀ ਸ਼ਾਇਦ ਅਕਾਲੀਆਂ ਨੂੰ ਮੌਕਾ ਨਾ ਮਿਲਦਾ ਸੰਭਲਦਾ। ਹੁਣ ਤੇ ਉਹਨਾਂ ਨੇ ਸਾਰਾ ਜੁਗਾੜ ਆਪਣਾ ਪੂਰਾ ਪੁਖਤਾ ਕਰ ਲਿਆ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਇੱਕੋ ਹੀ ਗਵਾਹ ਦੀ ਬਿਨਾ ਤੇ ਇਹ ਸਾਰੀ ਪੜਤਾਲੀਆ ਰਿਪੋਰਟ ਬਣੀ ਆ, ਤੇ ਜੇ ਹੋਰ ਗਵਾਹ ਇਹਨਾਂ ਨੇ ਰੱਖੇ ਆ ਵਿੱਚ ਜਿੱਦਾਂ ਦੱਸਦੇ ਕਿ 400 ਗਵਾਹ, ਤੇ ਫਿਰ ਜੇ ਇੱਕ ਇਸ ਤਰ੍ਹਾਂ ਗਵਾਹੀ ਦੇ ਕੇ ਮੁੱਕਰ ਵੀ ਜਾਂਦਾ ਤੇ ਆਮ ਕੇਸਾਂ ਦੇ ਵਿੱਚ ਵੀ ਤੇ ਏਦਾਂ ਹੁੰਦਾ ਹੀ ਆ, ਇੱਡਾ ਆਹ ਹੱਲਾ ਕਿਉਂ? ਜਿਹੜੀ ਗੱਲ ਪਤੇ ਦੀ ਆ ਉਹ ਇਹੋ ਹੀ ਹੋਣੀ ਚਾਹੀਦੀ ਆ ਕਿ ਕੋਲੇ ਵਿੱਚ ਗਵਾਹ ਕਿੰਨੇ ਉਹ ਦੱਸੋ, ਔਰ ਉਹ ਕਿਹੜੇ ਕਿਹੜੇ ਹੋਰ ਤੱਥ ਨੇ ਜੋ ਇਹ ਪ੍ਰਮਾਣਿਤ ਕਰਦੇ ਆ ਕਿ ਉਸ ਸਮੇਂ ਜੋ ਕੁਛ ਵੀ ਵਾਪਰਿਆ ਉਹ ਸਰਕਾਰ ਦੀ ਵੀ ਨਜ਼ਰ ਦੇ ਵਿੱਚ ਸੀ, ਅਫਸਰਸ਼ਾਹੀ ਦੀ ਵੀ ਨਜ਼ਰ ਦੇ ਵਿੱਚ ਸੀ, ਔਰ ਹੇਠਲੇ ਪੱਧਰ ਤੇ ਜਿਹੜੇ ਪੋਲੀਟੀਕਲ ਬੰਦੇ ਸੀਗੇ ਉਹ ਵੀ ਇਸ ਗੇਮ ਦੇ ਵਿੱਚ ਸ਼ਾਮਲ ਸੀ। ਤਾਂ ਉਹ ਤੱਥ ਜਿਹੜੇ ਸਾਰੇ ਵਿਚਾਰੇ ਜਾਣੇ ਚਾਹੀਦੇ ਆ। ਪਰ ਇਸ ਹਾਂ ਹਾਲੇ ਦੇ ਦਰਮਿਆਨ ਜਿਹੜੇ ਅਸਲ ਸਵਾਲ ਆ, ਅਸਲ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਇਹ ਵੀ ਆ ਕਿ ਪਿੱਛੇ ਜੇ ਤੁਹਾਨੂੰ ਪਤਾ ਬਰਗਾੜੀ ਮਾਮਲੇ ਦੇ ਵਿੱਚ ਜਿਹੜੇ ਪ੍ਰੇਮੀ ਫੜੇ ਸੀ ਉਹਨਾਂ ਦੇ ਵਿੱਚੋਂ ਮਹਿੰਦਰਪਾਲ ਬਿੱਟੂ ਨਾਂ ਦੇ ਇੱਕ ਸ਼ਖਸ ਨੇ ਕਨਫੈਸ਼ਨ ਕੀਤਾ, ਔਰ ਉਹ ਕਨਫੈਸ਼ਨ ਕੀ ਆ ਕਿ ਦੇਖੋ ਜੀ ਬੇਅਦਬੀ ਜਿਹੜੀ ਆ ਉਹ ਮੈਂ ਕੀਤੀ ਆ। ਤਾਂ ਉਹ ਕਨਫੈਸ਼ਨ ਹੈ ਜਿਹੜਾ ਉਹ ਕਿਸੇ ਵੀ ਮੁੱਦੇ ਤੇ ਚਰਚਾ ਦਾ ਵਿਸ਼ਾ ਨਹੀਂ ਬਣਦਾ, ਜਦਕਿ ਉਹ ਬਣਾਉਣਾ ਚਾਹੀਦਾ ਕਿ CBI ਕੋਲ ਬੇਸ਼ੱਕ ਮਾਮਲਾ, CBI ਨੇ ਇਨਵੈਸਟੀਗੇਸ਼ਨ ਕੀਤੀ ਆ, ਪਰ ਇਹ ਜ਼ਰੂਰ ਤੱਕ ਜਿਹੜਾ ਉਹ ਖੰਗਾਲਣਾ ਚਾਹੀਦਾ ਕਿ ਮਹਿੰਦਰਪਾਲ ਬਿੱਟੂ ਕਿਤੇ ਦੂਸਰੇ ਕਿਸੇ ਸੰਸਥਾ ਨੂੰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਲਈ ਤੇ ਕਨਫੈਸ਼ਨ ਨਹੀਂ ਕਰਦਾ ਪਿਆ। ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਤੇ ਕੋਈ ਕੰਨ ਧਰਦਾ ਹੀ ਨਹੀਂ, ਬਸ ਰੌਲਾ ਕਿੱਥੇ ਪਿਆ? ਹਿੰਮਤ ਸਿੰਘ ਦੀ ਹਿੰਮਤ ਤੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਉਹ ਖਿਲਰ ਰਿਹਾ ਆ, ਕੀ ਉਹਨਾਂ ਦੇ ਹੈਗਾ ਅਜੇ ਤਾਈ ਤੀਲਾ ਤੀਲਾ ਹੀ ਹੋਈ ਜਾ ਰਿਹਾ ਜਾਂ ਹੈ ਕੋਈ ਰੱਸੀ ਬੰਨਣ ਵਾਲਾ? ਬਿਲਕੁਲ, ਦੇਖੋ ਆਹ ਸ਼ਬਦ ਜੇ ਕਿਤੇ ਤੁਸੀਂ ਸਾਲ ਡੇਢ ਸਾਲ ਪਹਿਲਾਂ ਬੋਲਿਆ ਹੁੰਦਾ ਹੋ ਸਕਦਾ ਜੀ ਹੁਣ ਤੁਹਾਨੂੰ 5-7 ਕਮੈਂਟ ਜਿਹੜੇ ਮੱਥੇ ਚ ਠਾ ਠਾ ਕਰਕੇ ਇਹਨਾਂ ਦੇ ਸਮਰਥਕਾਂ ਦੇ ਵੱਜਦੇ। ਪਰ ਹੁਣ ਸੱਚਾਈ ਹੈ ਜਿਹੜੀ ਉਹ ਰੂਬਰੂ ਹੋ ਗਈ, ਸੱਚਾਈ ਪਚ ਵੀ ਜਾਂਦੀ ਆ ਹੁਣ। ਖੈਰ
ਦੇਖੋ ਇਹਨਾਂ ਦੀ ਜਿਹੜੀ ਖਿੰਡੀ ਹੋਈ ਸ਼ਕਤੀ, ਮੈਂ ਕਹਿੰਦਾ ਹੁੰਦਾ ਕਿ ਖਿੰਡੀ ਹੋਈ ਸ਼ਕਤੀ ਮਿੱਟੀ ਦੇ ਸਮਾਨ ਹੁੰਦੀ ਹੈ, ਤਾਂ ਖਿੰਡੀ ਹੋਈ ਸ਼ਕਤੀ ਜਿਹੜੀ ਆ ਉਹ ਇਜਲਾਸ ਤੋਂ ਐਨ ਪਹਿਲਾਂ ਵੀ ਇਕੱਠੀ ਨਹੀਂ ਹੋਈ। ਅੱਜ ਵੀ ਦੋਵੇਂ ਧੜੇ ਆ ਜਿਹੜੇ ਉਹ ਵੰਗਾਰਦੇ ਰਹੇ, ਲਲਕਾਰਦੇ ਰਹੇ, ਇੱਕ ਦੂਜੇ ਨੂੰ ਪਛਾੜਦੇ ਰਹੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਜਿਹੜੀ ਮੀਟਿੰਗ ਅਸੀਂ ਕਰਾਂਗੇ ਉਹਦੇ ਵਿੱਚ ਸ਼ਾਮਿਲ ਹੋਣਾ ਪਊਗਾ, ਜਦਕਿ ਸੁਖਪਾਲ ਖਹਿਰਾ ਕਹਿੰਦਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਇਹ ਵਿਧਾਇਕ ਦਲ ਦਾ ਜਿਹੜਾ ਨੇਤਾ ਜਾਨੀ ਲੀਡਰ ਆਫ ਓਪੋਜੀਸ਼ਨ ਹੈ ਜਿਹੜਾ, ਉਹ ਤੇ ਗੈਰ ਲੋਕਤੰਤਰਿਕ ਢੰਗ ਦੇ ਨਾਲ ਬਣਾਇਆ ਗਿਆ ਤੇ ਕਨਵੈਨਸ਼ਨ ਨੇ ਉਹਨੂੰ ਰੱਦ ਕੀਤਾ ਹੋਇਆ, ਉੱਥੇ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਗਰਾਲੀ ਤੇ ਇੱਥੇ ਹੀ ਅੜ ਗਈ। ਪਰ ਦੂਸਰੀ ਚੀਜ਼ ਇਹ ਆ ਕਿ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਇਹ ਬੈਕ ਬੈਂਚਰ ਹੋਣਗੇ, ਮਤਲਬ ਇਹਨਾਂ ਦੇ ਜਿਹੜੇ ਬੈਂਚ ਹੋਣਗੇ, ਕਿਉਂਕਿ ਲਿਸਟ ਭੇਜਦੇ ਆ ਸਪੀਕਰ ਨੂੰ, ਤਾਂ ਜਿਹੜੇ ਇਹਨਾਂ ਨੂੰ ਬੈਂਚ ਦਿੱਤੇ ਗਏ ਜਿਹੜੇ ਇਸ ਧੜੇ ਦੇ ਵਿਧਾਇਕ ਆ ਉਹਨਾਂ ਨੂੰ ਪਿੱਛੇ ਬਿਠਾ ਲਿਆ ਗਿਆ। ਤੇ ਉਹ ਕਹਿੰਦੇ ਆ ਜੀ ਕਿ ਸੁਖਪਾਲ ਸਿੰਘ ਕਹਿ ਰਹੇ ਹੋ, ਉਹ ਕਹਿੰਦੇ ਕਿ ਬੜੀ ਤੰਗਦਿਲੀ ਆ, ਬਹੁਤ ਛੋਟੀ ਸੋਚ ਆ। ਉਹ ਕਹਿੰਦੇ ਜੇ ਸਾਨੂੰ ਇਹ ਨਹੀਂ ਬੋਲਣ ਦਾ ਮੌਕਾ ਦੇਣਗੇ, ਜੇ ਸਮਝਦੇ ਆ ਕਿ ਇਹ ਸਾਨੂੰ ਟਾਈਮ ਨਹੀਂ ਦੇਣਗੇ, ਅਸੀਂ ਲੋਕਾਂ ਦੇ ਵਿੱਚ ਜਾ ਕੇ ਬੋਲਾਂਗੇ, ਕੋਈ ਫਰਕ ਨਹੀਂ ਪੈਂਦਾ। ਫਿਰ ਤੀਜੀ ਚੀਜ਼ ਹਰਪਾਲ ਸਿੰਘ ਚੀਮਾ ਕਹਿੰਦਾ ਕਿ ਸਾਨੂੰ ਇਹ ਧਮਕੀਆਂ ਦੇਣੀਆਂ ਬੰਦ ਕਰਨ। ਚੌਥੀ ਇਹ ਆ ਕਿ ਇਹਨਾਂ ਨੇ ਪੀਲੀ ਪੱਗ ਸੀ ਕਿ ਜਿਹੜੀ ਪਾਰਟੀ ਨੇ ਅਪਣਾਈ ਹੋਈ ਉਹ ਵੀ ਬਦਲ ਦਿੱਤੀ ਆ। ਸੁਖਪਾਲ ਸਿੰਘ ਖਹਿਰਾ ਕਹਿੰਦਾ ਹੈ ਕਿਹੜੀ ਉਹਦੀਆਂ ਗੱਲਾਂ ਕਰਦੇ ਹੋ ਤੁਸੀਂ, ਹਰਾ ਰੰਗ ਕਿਸਾਨੀ ਦਾ, ਅਸੀਂ ਆਪਣੀ ਹਰੀ ਪੱਗ ਕਰ ਲਈ ਆ। ਸੋ ਇਹੋ ਜਿਹੇ ਮੁੱਦਿਆਂ ਤੇ ਲੜਾਈ ਨਜ਼ਰ ਆਉਂਦੀ ਆ। ਆ ਥੋੜੇ ਦਿਨ ਪਹਿਲਾਂ ਮਜੀਠੀਆ ਵੀ ਇਹਨਾਂ ਨੂੰ ਮਜ਼ਾਕ ਕਰ ਗਿਆ, ਕਹਿੰਦਾ ਮੈਂ ਤੇ ਆਪ ਸਪੀਕਰ ਨੂੰ ਕਹਿਣਾ ਕਿ ਸਪੀਕਰ ਸਾਹਿਬ ਇਹਨਾਂ ਦਾ ਕੋਈ ਕਰੋ ਹੀਲਾ ਵਸੀਲਾ, ਨਹੀਂ ਤੇ ਮੇਰੇ ਵਰਗਾ ਗਰੀਬ ਲਗੜਿਆ ਜਾਊਗਾ, ਇਹਨਾਂ ਨੇ ਜਾ ਕੇ ਆਪਸ ਦੇ ਵਿੱਚ ਜੱਫੇ ਜੱਫੀ ਹੋਣਾ। ਸੋ ਲੱਗਦਾ ਇਹੋ ਹੀ ਆ ਕਿ ਜੱਫੇ ਜੱਫੀ ਤੇ ਭਾਵੇਂ ਨਾ ਹੋਣ, ਪਰ ਇਹਨਾਂ ਦੀ ਜਿਹੜੀ ਪਰਫੋਰਮੈਂਸ ਆ ਉਹ ਕਿਤੇ ਨਾ ਕਿਤੇ ਇਸ ਵਿਘਟਣ ਦਾ ਸ਼ਿਕਾਰ ਜ਼ਰੂਰ ਹੋਊਗੀ, ਇਸ ਤਫਾੜ ਦਾ ਸ਼ਿਕਾਰ ਜ਼ਰੂਰ ਹੋਊਗੀ। ਇਹ ਹੁਣ ਦੇਖਣਾ ਦਿਲਚਸਪ ਹੋਊਗਾ ਕਿ ਵਿਰੋਧੀਆਂ ਨੂੰ ਘੇਰਦੇ ਆ ਜਾਂ ਆਪੋ ਵਿੱਚ ਦੇ ਜਿਹੜੇ ਇਹਨਾਂ ਦੇ ਵਿਰੋਧੀ ਆ ਉਹਨਾਂ ਨੂੰ ਇੱਕ ਦੂਜੇ ਨੂੰ ਘੇਰਨ ਦੇ ਵਿੱਚ ਹੀ ਸਾਰੀ ਸ਼ਕਤੀ ਇਹਨਾਂ ਦੀ ਜਾਇਆ ਹੋ ਜਾਏ, ਦੇਖਣਾ ਹੋਏਗਾ। ਪਰ ਇਹਨਾਂ ਦੀ ਕਬੀਲਦਾਰੀ ਆ ਜਿਵੇਂ ਤੁਸੀਂ ਕਿਹਾ ਕਿ ਉਹ ਟੀਲਾ ਟੀਲਾ ਹੋਈ ਪਈ ਆ, ਕਿਉਂਕਿ ਇਤਫਾਕ ਦੀ ਗੰਢ ਇਹਨਾਂ ਦੀ ਭੁਲ ਗਈ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਉੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐੱਸ